بسم الله الرحمن الرحيم ايدا بلو وكرار سارے دوستان والسلام علیکم مان نہ کرو روح کلے دا تے وارث کون حسن دا صدا نادر شاخا ہاریاں تے صدا پھل صدا نہ پھل چمن دا میرے دوستو میرے بچیو بچیو میں پچھے بھی لوگ کیتا سی कुछ दोस्त लोग मेरे बेटे हो जाने बच्चे मेरे जड़े अपने आप कहते हैं कि ऐसी बड़ी निकाम जिंदगी गुजारने उन्होंने मैं नसीहत दी सी भी तुम ताकतवर किवें बन सकते जी मैं तुम अगले भी लोग से दसांगा अज मैं तुम कहानी सुना देंगा लामा इकबाल ने शहीन दे बहुत शायरी की मैं अज उन्होंने कहानी तुम पंजाबी थोड़ी सुना देंगा उकाब शहीन इगर तिरना अंग्रेजी का भी उर्दू का भी ਉਹਦੇ ਤਕਰੀਬਨ ਉਸ ਉਮਰ ਜਿਹੜੀ ਨਾ 65-70 ਸਾਲ ਤੇ ਜਿਸ ਵੇਲੇ ਉਹ ਜਦੋਂ 40 ਸਾਲਾਂ ਦਾ ਹੋ ਜਾਂਦਾ ਤੇ ਜਿਹੜੀ ਉਹਦੀ ਚੁੰਝ ਹੁੰਦੀ ਨਾ ਉਹ ਇਸ ਤਰ੍ਹਾਂ ਨੀਂਗੀ ਹੋ ਜਾਂਦੀ ਅੰਦਰ ਨੂੰ ਹੋ ਜਾਂਦੀ ਉਹ ਕਿਸੇ ਚੀਜ਼ ਨੂੰ ਫੜ ਵੀ ਨਹੀਂ ਸਕਦਾ ਜਿਵੇਂ ਨਾ ਖਾ ਵੀ ਨਹੀਂ ਸਕਦਾ ਚੁੰਝੇ ਕੋ ਮੁੜ ਜਾਂਦੀ ਹੁੰਦੀ ਉਹਦੀ ਪਰ ਉਹਦੇ ਇੰਨੇ ਭਾਰੇ ਹੋ ਜਾਂਦੇ ਨੇ ਕਿ ਉਹ ਉੱਡ ਨਹੀਂ ਸਕਦਾ ਉਹ ਜਿਹੜੇ ਉਹਦੇ ਨਾਖਣ ਹੁੰਦੇ ਨੇ ਉਹ ਕੋ ਨੀਂਗੇ ਹੋ ਜਾਂਦੇ ਨੇ ਸਾਰੇ ਰਿੰਗੇ ਹੋ ਜਾਂਦੇ ਨੇ ਤੇ ਉਹ ਫਿਰ ਉਹਨਾਂ ਕੋ ਆਪਣਾ ਸ਼ਿਕਾਰ ਨੂੰ ਨਹੀਂ ਪਾ ਉਹ ਅੱਜ ਕੱਲ੍ਹ ਦੇ ਨਵੇਂ ਨਸਲ ਵਾਂਗੂ ਮਯੂਸ ਹੋ ਕੇ ਨਹੀਂ ਬਹਿੰਦਾ ਉਹ ਆਪਣੀ ਕਿਸਮਤ ਦਾ ਦੋਸ਼ ਨਹੀਂ ਦਿੰਦਾ ਕੀ ਕਰਦਾ ਉੱਡਦਾ 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 ਇੱਕ ਪਹਾੜੀ ਤੇ ਜਾ ਕੇ ਬਹਿ ਜਾਂਦਾ ਉੱਥੇ ਸਾਰਿਆਂ ਦਾ ਪਹਿਲਾਂ ਕੀ ਕਰਦਾ ਉਹ ਪੱਥਰ ਨੂੰ ਮਾਰ ਮਾਰ ਕੇ ਆਪਣੀ ਚੁੰਝ ਤੋੜ ਲੈਂਦਾ ਉੱਥੇ ਨਾਮ ਦਾ ਚੁੱਕਦਾ ਰਹਿੰਦਾ ਇੱਥੋਂ ਤੇ ਕਰਕੇ ਇੱਕ ਵਕਤ ਆਉਂਦਾ ਉਹਦੇ ਚੁੰਝ ਨਵੀਂ ਬਣ ਜਾਂਦੀ ਜਦੋਂ ਨਵੀਂ ਤਿਆਰ ਹੋ ਜਾਂਦੀ ਫਿਰ ਉਹ ਆਪਣੇ ਨਾਖਣ ਪੜ ਲੈਂਦਾ ਸਾਰੇ ਉਸ ਚੁੰਝ ਦੇ ਨਾਲ ਆਪਣੇ ਸਾਰੇ ਪਰ ਨੋਚ ਲੈਂਦਾ ਜਿਸ ਵੇਲੇ ਪਰ ਸਾਰੇ ਨੋਚ ਲੈਂਦਾ ਨਾਖਣ ਪੜ ਲੈਂਦਾ ਉੱਥੇ ਦਾਣਾ ਦੁਣਕਾ ਥੋੜ੍ਹਾ ਬਹੁਤ ਚੁੱਕ ਕੇ ਆਪਣਾ ਗੁਜ਼ਾਰਾ ਕਰਦਾ ਰਹਿੰਦਾ ਫਿਰ ਇੱਕ ਵਕਤ ਆਉਂਦਾ ਉਹਦੇ ਪਰ ਵੀ ਨਵੇਂ ਨਿਕਲਾ ਦੇਵੇ ਚੁੰਝ ਵੀ ਨਵੀਂ ਬਣ ਜਾਂਦੀ ਅਤੇ ਨਾਖਣ ਵੀ ਉਹਦੇ ਜਿਹੜੇ ਨੇ ਉਹ ਸਹੀ ਹੋ ਜਾਂਦੇ ਉਹ ਇੰਨੀ ਮਿਹਨਤ ਕਰਦਾ ਸਖਤ ਕਿ ਉਹਦੇ ਨਾਲ ਕੰਮ ਜੋ ਕੰਮ ਹੁੰਦੀ 25-30 ਸਾਲ ਉਮਰ ਵੱਧ ਜਾਂਦੀ ਉਹ ਪਹਿਲੇ ਵਾਲੋਂ ਜ਼ਿਆਦਾ ਉਡਾਣ 'ਚ ਜਾਂਦਾ ਪਹਿਲੇ ਨਾਲ ਜ਼ਿਆਦਾ ਤੇਜ਼ੀ ਨਾਲ ਚੱਲਦਾ ਉਹ ਪਹਿਲੇ ਨਾਲ ਜ਼ਿਆਦਾ ਸ਼ਿਕਾਰ ਕਰਦਾ ਇਹ ਤਾਂ ਇੱਕ ਜਾਨਵਰ ਹੈ ਪਰਿੰਦਾ ਇੱਕ ਅਤੇ ਅਸੀਂ ਤਾਂ ਇਨਸਾਨ ਹਾਂ ਅਸੀਂ ਮਿਹਨਤ ਕਰਕੇ ਕਿਉਂ ਨਹੀਂ ਉੱਤੇ ਜਾ ਸਕਦੇ ਸਾਡੇ 'ਚ ਕੀ ਕਮੀ ਇਹ ਸੋਚਦਾ ਇਹ ਗੌਰ ਕਰਨਾ ਮਿਹਨਤ 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 ਇਹ ਇਨਸਾਨ ਦੀ ਫਿਤਰਤ ਅੱਜ ਦਾ ਮੇਰਾ ਵਲੌਗ ਜਿਹੜਾ ਮੈਂ ਬਣਾਉਣ ਲੱਗਾ ਉਹ ਇਹ ਚਿਕੰਦਰ ਚਿਕੰਦਰ ਕੀ ਇਹ ਇੱਕ ਗੋਂਗਲੂ ਦੀ ਸ਼ੇਪ ਹੈ ਜਿਵੇਂ ਆਪਣੇ ਦੇਸੀ ਗੋਂਗਲੂ ਹੁੰਦੇ ਨੇ ਅੰਗਰੇਜ਼ੀ ਗੋਂਗਲੂ ਹੁੰਦੇ ਨੇ ਇਸ ਤਰ੍ਹਾਂ ਹੀ ਗੋਂਗਲੂ ਗੋਂਗਲੂ ਕੋਈ ਹੁੰਦਾ ਹੈ ਗੋਂਗਲੂ ਆਪਣੇ ਦੇ ਪੱਤੇ ਉੱਤੇ ਹੁੰਦੇ ਅਕਸਰ ਲੋਕ ਜਿਹੜੇ ਉਹਨਾਂ ਨੂੰ ਸਲਾਹ ਦੇ ਤੌਰ 'ਤੇ ਇਸਤੇਮਾਲ ਕਰਦੇ ਇਹਦੇ ਫਾਇਦੇ ਬੇਸ਼ੁਮਾਰ ਨੇ ਤੁਸੀਂ ਇਹਨੂੰ ਕੱਢੋ ਆਪਣਾ ਸੋਸ਼ਲ ਮੀਡੀਆ ਦੌਰ ਹੈ ਤੁਸੀਂ ਜਾਓ ਰਿਸਰਚ ਮਾਰੋ ਚੁਕੰਦਰ ਦੇ ਹਜ਼ਾਰ ਹਾਂ ਫਾਇਦੇ ਦਾ ਲੋਕ ਉਹ ਦੱਸਣ ਉਹ ਬਾਹਰ ਜਿਹੜੇ ਨਾ ਸਾਡੇ ਇਲਾਕੇ ਤੋਂ ਹਟ ਕੇ ਬਾਹਰ ਤਾਂ ਇੰਨੀ ਚੀਨੀ ਵੀ ਬਣਾ ਚੀਨ ਵਾਲੇ ਜਿਹੜੇ ਨੇ ਇਹਨੇ ਦਵਾਈ ਦੇ ਤੌਰ 'ਤੇ ਇਸਤੇਮਾਲ ਕਰਦੇ ਹੋਏ ਇਲਾਜ ਵੀ ਬਣਾਉਂਦਾ ਮੈਂ ਚੰਦ ਚੀਜ਼ਾਂ ਦਾ ਤੁਹਾਨੂੰ ਦੱਸਣ ਲੱਗਾ ਵੀ ਇਹ ਕਿੰਨਾ ਚੀਜ਼ਾਂ ਵਾਸਤੇ ਫਾਇਦੇਮੰਦ ਹੈ ਇਹ ਸਹੀ ਕੁਛ ਹੋ ਨਾ ਇਹ ਮਸ਼ੀਨ ਹੈ ਖੂਨ ਬਣਾਉਣ ਵਾਲੀ ਇੰਨਾ ਖੂਨ ਪੈਦਾ ਹੁੰਦਾ ਹੈ ਕਿ ਮਸ਼ੀਨ ਹੈ ਜਿਹਨਾਂ ਨੂੰ ਪੀਲੀ ਹੈ ਰੰਗ ਖੱਟਾ ਹੈ ਜਿਹਨਾਂ ਨੂੰ ਗੱਲੇ ਬਾਤੇ ਥਕਾਵਟ ਹੋ ਜਾਂਦੀ ਥੋੜ੍ਹਾ ਜਿਹਾ ਕੰਮ ਕੀਤਿਆਂ ਥਕਾਵਟ ਹੋ ਜਾਂਦੀ ਜਿਹਨਾਂ ਦੀ ਹੱਡੀਆਂ ਕਮਜ਼ੋਰ ਨੇ ਜਿਹਨਾਂ ਦੇ ਜੋੜਾਂ 'ਚ ਦਰਦ ਰਹਿੰਦਾ ਜਿਹਨਾਂ ਦੇ ਪੱਠੇ ਦਰਦ ਕਰਦੇ ਨੇ ਉਹਨਾਂ ਵਾਸਤੇ ਇੱਕ ਅਕਸੀਰ ਦੀ ਸੀਜ਼ਨ ਉਹ ਸਿਆਣੇ ਕਹਿੰਦੇ ਨੇ ਕਿ ਜਿਸ ਘਰ ਦੇ ਵਿੱਚ ਇੱਕ ਚਿਕੰਦਰ ਦੇ ਚਾਰ ਪੀਸ ਕਰਕੇ ਚਾਰ ਜੀ ਖਾ ਲੈ ਔਰ ਰੋਜ਼ ਖਾਣ ਉਹਨਾਂ ਦਾ ਕੀ ਹੋਏਗਾ ਜਿੰਨਾ ਮਰਜ਼ੀ ਕੰਮ ਕਰਦੇ ਰਹਿਣ ਥਕਾਵਟ ਨਹੀਂ ਹੈ ਪੀਲੀਆ ਜਿੰਨਾ ਰੰਗ ਖੱਟਾ ਰਹਿੰਦਾ ਉਹ ਇਹਦਾ ਜੂਸ ਬਣਾ ਕੇ ਪੀ ਜੂਸ ਕਿਸ ਤਰ੍ਹਾਂ ਬਣਾ ਕੇ ਪੀਣਾ ਹੁਣ ਚੁਕੰਦਰ ਨੂੰ ਉੱਥੋਂ ਛਿੜਕਾ ਲਾ ਲਓ ਉਹਨੂੰ ਰਗੜ ਲਓ ਬ੍ਰੈਡ 'ਚ ਰਗੜ ਲਓ ਉਹਦੇ 'ਚ ਦੋ ਗਾਜਰਾਂ ਵੀ ਪਾ ਸਕਦੇ ਤੁਸੀਂ ਅਗਰ ਸੀਜ਼ਨ ਖਤਮ ਹੋਣ ਲੱਗਾ ਇੱਕ ਚੁਕੰਦਰ ਨਹੀਂ ਲੱਭਦੇ ਥੋੜ੍ਹੇ ਮਿਲਦੇ ਨੇ ਤਾਂ ਉਹਨਾਂ ਨੂੰ ਇਕੱਠੇ ਧੜੀ ਦੋ ਧੜੀਆਂ ਲੈ ਕੇ
ਤੇ ਪਹਿਲਾਂ ਕਿ ਸਕਾ ਸਕਾ ਕੇ ਉਹਨਾਂ ਨੂੰ ਗ੍ਰੈਂਡ ਕਰਕੇ ਪੀ ਕੇ ਪਾਊਡਰ ਬਣਾ ਉਹ ਇੱਕ ਚਮਚੀ ਰੋਜ਼ ਇੱਕ ਗਲਾਸ ਪਾਣੀ ਮਿਲਾ ਕੇ ਜੂਸ ਬਣਾ ਕੇ ਪੀਤੀ ਜਾਓ ਈਵਨ ਕਿ ਇੱਕ ਦੋ ਫਾੜੀਆ ਸ਼ੁਗਰ ਦੇ ਮਰੀਜ਼ ਵੀ ਖਾ ਸਕਦੇ ਐਡੀ ਐਕਸੀਲ ਚੀਜ਼ ਹੈ ਇਹਦਾ ਰੋਜ਼ ਜਿੰਨੀ ਦੇਰ ਹੈਗਾ ਸਸਤਾ ਜਿਹਾ ਫਲ ਹੈ ਐਡਾ ਮਹਿੰਗਾ ਨਹੀਂ ਸਬਜ਼ੀ ਕਹਿ ਲਓ ਇਹਨੂੰ ਉਬਾਲ ਕੇ ਖਾ ਸਕਦੇ ਜੀ ਤੁਸੀਂ ਇਹਨੂੰ ਕੱਚਾ ਖਾ ਸਕਦੇ ਜੀ ਇਹਨੂੰ ਸਲਾਦ 'ਚ ਖਾ ਸਕਦੇ ਇਹਨੂੰ ਕੱਟ ਕੇ ਇਹਦਾ ਜੂਸ ਬਣਾ ਕੇ ਇਹਦੇ ਗਾਜਰਾਂ ਪਾ ਕੇ ਆਪਣੇ ਹਿਸਾਬ ਦੇ ਨਾਲ ਤੁਸੀਂ ਇੱਕ ਤਾਂ ਸੇਬ ਵੀ ਪਾ ਸਕਦੇ ਜੀ ਕੋਈ ਮਸਾਲਾ ਇਹਦਾ ਜੂਸ ਬਣਾਓ ਬੜਾ ਮਜ਼ੇਦਾਰ ਬਣੇਗਾ ਮੇਰੇ ਬੱਚੇ ਜਿਹੜੇ ਹੈ ਇਹ ਟੀਮ ਹੈ ਸੈਵਨ ਅਪ ਹੈ ਜੂਸ ਨੇ ਫਲਾਂ ਢਮਕਾਇਆ ਉਹਨਾਂ ਨੂੰ ਛੱਡ ਦਿਓ ਇਹ ਨੇਚਰ ਚੀਜ਼ਾਂ ਵੱਲ ਆ ਜਾਓ ਮੈਂ ਤੁਹਾਨੂੰ ਇਹ ਦਾਅਵੇ ਨਾਲ ਕਹਿੰਦਾ ਤੁਸੀਂ ਜੋ ਹੀ ਨੇਚਰ ਚੀਜ਼ਾਂ ਵੱਲ ਇਹ ਕੁਦਰਤ ਦਾ ਨਿਜ਼ਾਮ ਹੈ ਅੱਲਾ ਇਜਾਦ ਨੇ ਹਰ ਬਿਮਾਰੀ ਵਾਸਤੇ ਮੌਸਮ ਦੇ ਫਲ ਸਬਜ਼ੀਆਂ ਰੱਖੀਆਂ ਅਸੀਂ ਲੋਕ ਕੰਮ ਲਵਾਂ ਅਸੀਂ ਇਸ ਚੀਜ਼ ਨੂੰ ਸਮਝ ਨਹੀਂ ਸਕਦੇ ਅਗਰ ਅਸੀਂ ਇਹ ਚੀਜ਼ਾਂ ਸਮਝ ਲਈਏ ਤੇ ਅਲਹਮਦੁਲਿਲਾ ਅਲਹਮਦੁਲਿਲਾ ਇਹ ਡਾਕਟਰ ਨੇ ਫੀਸਾਂ ਦਾ ਹੀ ਵੱਧ ਜਾਣਗੇ ਡਾਕਟਰ ਸਾਨੂੰ ਟੈਸਟਾਂ ਦੀ ਜ਼ਰੂਰਤ ਨਹੀਂ ਪੈ ਇਹ ਸਭ ਤੋਂ ਜ਼ਿਆਦਾ ਕੁਦਰਤ ਮੁਦਾਫਤ ਦਾ ਨਿਜ਼ਾਮ ਬਹਾਲ ਕਰਨ ਵਾਲਾ ਇੱਕ ਕੁਦਰਤ ਦਾ ਅਨਮੋਲ ਤੋਹਫਾ ਤੁਹਾਡੇ ਵਾਸਤੇ ਚਕੰਦਰ ਇਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਓ ਹਰ ਬੰਦਾ ਦਿਲ ਦਾ ਮਰੀਜ਼ ਸ਼ੂਗਰ ਦਾ ਮਰੀਜ਼ ਬਲੱਡ ਪ੍ਰੈਸ਼ਰ ਦਾ ਮਰੀਜ਼ ਹੱਡੀਆਂ ਜਿਨ੍ਹਾਂ ਦੀਆਂ ਕਮਜ਼ੋਰ ਨੇ ਜਿਨ੍ਹਾਂ ਦੇ ਰੰਗ ਪੀਲੇ ਨੇ ਜਿਨ੍ਹਾਂ ਦੇ ਚਿਹਰੇ ਦੇ ਸਿਆਹੀਆਂ ਨੇ ਉਹ ਇਹਨੂੰ ਬੇਫਿਕਰ ਹੋ ਕੇ ਖਾਣ ਇਹਦਾ ਸਾਈਡ ਇਫੈਕਟ ਇਹਦਾ ਕੋਈ ਨੁਕਸਾਨ ਨਹੀਂ ਇਹਨੂੰ ਤੁਸੀਂ ਇਸਤੇਮਾਲ ਕਰੋ ਔਰ ਬੇਫਿਕਰ ਹੋ ਕੇ ਸ਼ੂਗਰ ਦੇ ਮਰੀਜ਼ ਥੋੜ੍ਹਾ ਘੱਟ ਖਾ ਇੱਕ ਗਲਾਸ ਪੀਣਾ ਅੱਧਾ ਗਲਾਸ ਪੀ ਲੈ ਜੂਸ ਇਹ ਮੈਂ ਅੱਗੇ ਵੀ ਕਈ ਦਫ਼ਾ ਕਿਹਾ ਕਿ ਕੋਈ ਚੀਜ਼ ਉਹਨੂੰ ਜ਼ਿਆਦਤੀ ਹੁੰਦੀ ਬੁਰੀ ਹੁੰਦੀ ਉਹਦਾ ਨੁਕਸਾਨ ਹੁੰਦਾ ਜ਼ਿਆਦਤੀ ਨਹੀਂ ਕਰਦੀ ਰੂਟੀਨ ਦੇ ਵਿੱਚ ਇਹਨੂੰ ਆਪਣੀ ਜ਼ਿੰਦਗੀ ਦੇ ਹਿੱਸਾ ਬਣਾ ਲਓ ਸਲਾਦ 'ਚ ਇਸਤੇਮਾਲ ਕਰੋ ਵੈਸੇ ਇੱਕ ਫਾੜੇ ਰੋਜ਼ ਖਾ ਲਓ ਇਨਸ਼ਾਅੱਲਾ ਤੁਹਾਨੂੰ ਬਹੁਤ ਜ਼ਿਆਦਾ ਮੁਫੀਦ ਹੈ ਮੈਂ ਤਾਂ ਸਿਰਫ ਇੱਕ ਦਰਖਾਸਤ ਕਰਦਾ ਬਣਾ ਸਾਰਿਆਂ ਕਿ ਜੇ ਅਗਰ ਤੁਸੀਂ ਇੱਕ ਬੰਦਾ ਵੀ ਤੁਹਾਡਾ ਠੀਕ ਹੋ ਗਿਆ ਤੇ ਮੈਂ ਸਮਝਾਂਗਾ ਮੇਰੀ ਮਿਹਨਤ ਦਾ ਮੈਨੂੰ ਸਿਲਾ ਮਿਲ ਗਿਆ ਤੁਸੀਂ ਆਪਣੇ ਆਪਣੇ ਅਜ਼ੀਜ਼ੋ ਘਰ ਦਾ ਆਪਣੇ ਇੱਕ ਦੋਸਤਾਂ ਦਾ ਖਿਆਲ ਰੱਖੋ ਮਹਿੰਗਾਈ ਦਾ ਦੌਰ ਹੈ ਜਿਹੜੇ ਪੈਸੇ ਤੁਸੀਂ ਡਾਕਟਰਾਂ ਦੇ ਭਰਨੇ ਨੇ ਦਵਾਈਆਂ ਦੇ ਭਰਨੇ ਨੇ ਅਗਰ ਤੁਹਾਨੂੰ ਫਾਇਦਾ ਹੋਵੇ ਉਹਨਾਂ ਪੈਸਿਆਂ ਦਾ ਕਿਸੇ ਆਪਣੇ ਹਮਸਾਇਆ ਕਿਸੇ ਆਪਣੇ ਗਰੀਬ ਰਿਸ਼ਤੇਦਾਰ ਇਸ ਤਰੀਕੇ ਨਾਲ ਉਹਦੀ ਮਦਦ ਕਰਦੇ ਰਹੋ ਅੱਲਾ ਇਜਾਜ਼ਤ ਹੋਵੇ ਅਜਰ ਵੀ ਦੇਵੇਗੀ ਔਰ ਇਹਦੇ ਨਾਲ ਨਾਲ ਇਨਸ਼ਾਅੱਲਾ ਬਿਮਾਰੀ ਵੀ ਤੁਹਾਡੇ ਕਰੀਬ ਨਹੀਂ ਆਏ ਆਪਣਾ ਆਪਣੇ ਇਰਦ ਗਿਰਦ ਲੋਕਾਂ ਨਾਲ ਸਾਰਿਆਂ ਦਾ ਖਿਆਲ ਰੱਖੋ ਅੱਛਾ